8 ਨਵੇਂ ਫਲੇਵਰਸ ਜਿਨ੍ਹਾਂ ਦਾ ਸੁਣ ਕੇ ਤੁਸੀਂ ਨਾਮ ਹੈਰਾਨ ਹੋ ਜਾਓਗੇ। ਮੈਂਗੋ ਦਾ ਗੰਨੇ ਦਾ ਜੂਸ ਹੈ, ਸਟ੍ਰਾਬੇਰੀ ਹੈ, ਕੌਫੀ, ਚੌਕਲੇਟ ਔਰ ਇਹੋ ਜਿਹੇ ਫਲੇਵਰਸ ਜਿਹੜੇ ਤੁਸੀਂ ਕਦੀ ਸੁਣੇ ਨਹੀਂ ਹੋਣਗੇ। ਅਤੇ ਬਜ਼ੁਰਗਾਂ ਵਾਸਤੇ ਵੀ ਕੁਛ ਨਾ ਕੁਛ ਜਿਹੜਾ ਇਹਨਾਂ ਨੇ ਨਵਾਂ ਕਨਸੈਪਟ ਜਿਹੜਾ ਐਡ ਕੀਤਾ, ਜਿਸ ਦੇ ਵਿੱਚ ਆਮਲੇ ਵਾਲਾ ਗੰਨੇ ਦਾ ਜੂਸ ਹੈ। ਕਨਸੈਪਟ ਕਿਵੇਂ ਆਇਆ ਮਾਇੰਡ ਦੇ ਵਿੱਚ, ਕਿਉਂਕਿ ਗੰਨੇ ਦਾ ਜੂਸ ਗਰਮੀਆਂ 'ਚ ਸਾਰੇ ਪਸੰਦ ਕਰਦੇ, ਪਰ ਇੰਨੇ ਫਲੇਵਰ, ਇੰਨੀ ਵਰਾਇਟੀ ਕਿਵੇਂ ਆਇਆ? ਮੋਲਸ ਵਿੱਚ ਸਾਰੇ ਲੋਕ ਲਾਈਨ ਲਗਾ ਕੇ ਲੈ ਰਹੇ ਸੀ, ਜੂਸ ਵੀ ਲੈ ਰਹੇ ਸੀ, ਉਸ 'ਚ ਬੰਦੇ ਮਿਕਸ ਕਰਕੇ ਵੀ ਦੇ ਰਹੇ ਸੀ, ਫਲੇਵਰਡ ਵੀ ਦੇ ਰਹੇ ਸੀ। ਇਹ ਕਨਸੈਪਟ ਉੱਥੋਂ ਹੀ ਆਇਆ ਜੀ। ਵਹੀ ਦਾ ਕਨਸੈਪਟ ਲੁਧਿਆਣੇ ਦੇ ਵਿੱਚ ਜੀ 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 ਕੀ ਰੇਟ ਕੀ ਰੱਖਿਆ ਗਲਾਸ ਦਾ? ਹਾਲੇ ਤਾਂ ਜੀ ਜੈਨੂਨ ਹੈ ਜੀ, ਜਿਹੜਾ ਮੀਡੀਅਮ ਹੈਗਾ ਜੀ ਉਹ ਤੁਹਾਡਾ 40 ਦਾ ਜੀ, ਜਿਹੜਾ ਲਾਰਜ ਵਾਲਾ ਹੈਗਾ ਉਹ 50 ਦਾ ਜੀ। 8 ਤਰ੍ਹਾਂ ਦੇ ਫਲੇਵਰ ਇਸ ਟਾਈਮ ਹੈਗੇ ਨੇ, ਅੱਗੋ ਅੱਗੋ ਜਿੱਦਾਂ ਵਧੀਆ ਰਿਸਪੋਂਸ ਮੈਨੂੰ ਮਿਲ ਜਾਊਗਾ, ਵਧੀਆ ਵਧੀਆ ਉਦੋਂ ਤਾਂ ਵਧੀਆ ਜਾਣਗੇ ਜੀ। ਇੰਨੇ ਸਾਰੇ ਫਲੇਵਰਸ ਕਦੀ ਕਨਸੈਪਟ ਦੇਖਿਆ ਆਪਣੇ ਲੁਧਿਆਣੇ ਦੇ ਵਿੱਚ? ਨਹੀਂ ਨਹੀਂ, ਮੈਨੂੰ ਲੱਗਦਾ ਬਿਲਕੁਲ ਪਹਿਲਾ ਆ ਇਹ। ਵਧੀਆ ਲੱਗਿਆ ਕਨਸੈਪਟ, ਵਧੀਆ ਇਹਨਾਂ ਦਾ। ਕਿਹੜੇ ਕਿਹੜੇ ਫਲੇਵਰ ਜ਼ਿਆਦਾ ਮੋਸਟਲੀ ਲੋਕ ਪਸੰਦ ਕਰਦੇ? ਇਹ ਜ਼ਿਆਦਾ ਲੋਕਾਂ ਨੂੰ ਜੀ ਮੈਂਗੋ ਪਸੰਦ ਆਉਂਦਾ ਜੀ, ਜਾਂ ਕੌਫੀ, ਲੋਕੀ ਕੌਫੀ ਦੇ ਸ਼ੌਕੀਨ ਵੀ ਕਾਫੀ ਹੁੰਦੇ ਨੇ ਜੀ। ਕੋਈ ਸ਼ੋਰ ਸ਼ਰਾਬਾ ਨਹੀਂ, ਕੁਛ ਨਹੀਂ ਹੈਗਾ, ਨਹੀਂ ਤਾਂ ਮੋਸਟਲੀ ਜਦੋਂ ਗੰਨੇ ਵਾਲਾ ਪੀਂਦੇ ਹਾਂ ਆਪਾਂ, ਸ਼ੋਰ ਸ਼ਰਾਬਾ ਬਹੁਤ ਹੁੰਦਾ। ਇਹਨਾਂ ਦੀ ਮਸ਼ੀਨ ਵੀ ਮਿਲਾਦਾ ਨਵੀਂ ਆਈ ਆ, ਜਿਵੇਂ ਸਾਰਾ ਇਲੈਕਟ੍ਰਿਕ ਓਪਰੇਟਰ ਹੈਗਾ ਜੀ ਸਾਰਾ ਸਿਸਟਮ, ਇਹ 'ਚ ਕੋਈ ਡੀਜ਼ਲ ਦਾ ਕੋਈ ਕੰਮ ਨਹੀਂ ਹੈਗਾ, ਨਾ ਕੋਈ ਸ਼ੋਰ ਸ਼ਰਾਬਾ, ਸਿੰਪਲ ਔਰ ਸੋਬਰ ਚੀਜ਼ ਹੈਗੀ ਆ ਜੀ, ਔਰ ਸਾਫ਼ ਸੁਥਰਾ ਔਰ ਪਿਓਰ ਮਿਲਦਾ ਜੀ। ਹਾਂਜੀ, ਲੁਧਿਆਣਾ ਦੇ ਵਿੱਚ ਮਿਲਣ ਵਾਲੇ ਹੈ ਗੰਨੇ ਦੇ ਜੂਸ ਦੇ ਨਵੇਂ ਨਵੇਂ ਫਲੇਵਰਸ। ਕਿੱਥੇ? ਮਾਡਲ ਟਾਊਨ ਦੇ ਵਿੱਚ, ਜਿੱਥੇ ਕਿ ਇੱਕ ਸਿੱਖ ਨੌਜਵਾਨ ਦੇ ਵੱਲੋਂ ਨਵੀਂ ਸ਼ੁਰੂਆਤ ਕੀਤੀ ਗਈ ਹੈ। 8 ਨਵੇਂ ਫਲੇਵਰਸ ਜਿਨ੍ਹਾਂ ਦਾ ਸੁਣ ਕੇ ਤੁਸੀਂ ਨਾਮ ਹੈਰਾਨ ਹੋ ਜਾਓਗੇ। ਮੈਂਗੋ ਦਾ ਗੰਨੇ ਦਾ ਜੂਸ ਹੈ, ਸਟ੍ਰਾਬੇਰੀ ਹੈ, ਕੌਫੀ, ਚੌਕਲੇਟ ਔਰ ਇਹੋ ਜਿਹੇ ਫਲੇਵਰਸ ਜਿਹੜੇ ਤੁਸੀਂ ਕਦੀ ਸੁਣੇ ਨਹੀਂ ਹੋਣਗੇ। ਅਤੇ ਬਜ਼ੁਰਗਾਂ ਵਾਸਤੇ ਵੀ ਕੁਛ ਨਾ ਕੁਛ ਜਿਹੜਾ ਇਹਨਾਂ ਨੇ ਨਵਾਂ ਕਨਸੈਪਟ ਜਿਹੜਾ ਐਡ ਕੀਤਾ, ਜਿਸ ਦੇ ਵਿੱਚ ਆਮਲੇ ਵਾਲਾ ਗੰਨੇ ਦਾ ਜੂਸ ਹੈ, ਜੋ ਕਿ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਸਿਹਤ ਵਾਸਤੇ ਫਾਇਦੇਮੰਦ ਹੋਣ ਵਾਲਾ ਹੈ। ਮਿਲਵਾਨੇ ਆ ਇਹਨਾਂ ਦੀ ਸੋਚ, ਜਿਹੜੀ ਨਵਾਂ ਕਨਸੈਪਟ ਦੁਬਈ ਦਾ ਲੁਧਿਆਣੇ ਦੇ ਵਿੱਚ ਲੈ ਕੇ ਆਏ ਆ। ਭਾਜੀ, ਇਹ ਕਨਸੈਪਟ ਕਿਵੇਂ ਆਇਆ ਮਾਇੰਡ ਦੇ ਵਿੱਚ, ਕਿਉਂਕਿ ਗੰਨੇ ਦਾ ਜੂਸ ਗਰਮੀਆਂ 'ਚ ਸਾਰੇ ਪਸੰਦ ਕਰਦੇ, ਪਰ ਇੰਨੇ ਫਲੇਵਰ, ਇੰਨੀ ਵਰਾਇਟੀ ਕਿਵੇਂ ਆਇਆ ਸੀ ਮਾਇੰਡ ਦੇ ਵਿੱਚ? ਜੀ ਐਕਚੁਅਲੀ ਇੱਕ ਨਾ ਜੀ ਸਾਡੇ ਨਾਭੇ ਵਾਲੇ ਸੰਦੀਪ ਸਿੰਘ ਭਾਜੀ ਹੈਗੇ ਨੇ ਜੀ, ਉਹ ਐਕਚੁਅਲੀ ਦੁਬਈ ਲਾ ਕੇ ਆਏ ਨੇ ਜੀ, 14-15 ਸਾਲ ਲਾ ਕੇ ਆਏ ਜੀ, ਅਤੇ ਉਹਨਾਂ ਦੀ ਜੋਬ ਵੀ ਬਹੁਤ ਵਧੀਆ ਸੀ ਜੀ, ਅਤੇ ਉਹਨਾਂ ਨੇ ਦੇਖਿਆ ਸੀ ਜੀ ਮੋਲਸ ਵਿੱਚ ਸਾਰੇ ਲੋਕ ਲਾਈਨ ਲਗਾ ਕੇ ਲੈ ਰਹੇ ਸੀ, ਜੂਸ ਵੀ ਲੈ ਰਹੇ ਸੀ, ਉਸ 'ਚ ਬੰਦੇ ਮਿਕਸ ਕਰਕੇ ਵੀ ਦੇ ਰਹੇ ਸੀ, ਫਲੇਵਰਡ ਵੀ ਦੇ ਰਹੇ ਸੀ। ਇਹ ਕਨਸੈਪਟ ਉੱਥੋਂ ਹੀ ਆਇਆ ਜੀ, ਦੁਬਈ ਦਾ ਕਨਸੈਪਟ ਲੁਧਿਆਣੇ ਦੇ ਵਿੱਚ ਜੀ 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 ਕੀ ਰੇਟ ਕੀ ਰੱਖਿਆ ਗਲਾਸ ਦਾ? ਹਾਲੇ ਤਾਂ ਜੀ ਜੈਨੂਨ ਹੈ ਜੀ, ਜਿਹੜਾ ਮੀਡੀਅਮ ਹੈਗਾ ਜੀ ਉਹ ਤੁਹਾਡਾ 40 ਦਾ ਜੀ, ਜਿਹੜਾ ਲਾਰਜ ਵਾਲਾ ਹੈਗਾ ਉਹ 50 ਦਾ ਜੀ। ਅਤੇ ਕਿਹੜੇ ਕਿਹੜੇ ਫਲੇਵਰਸ ਨੇ? ਫਲੇਵਰ ਜੀ 8 ਤਰ੍ਹਾਂ ਦੇ ਫਲੇਵਰ ਇਸ ਟਾਈਮ ਹੈਗੇ ਨੇ, ਅੱਗੋ ਅੱਗੋ ਜਿੱਦਾਂ ਵਧੀਆ ਰਿਸਪੋਂਸ ਮੈਨੂੰ ਮਿਲ ਜਾਊਗਾ, ਵਧੀਆ ਵਧੀਆ ਉਦੋਂ ਤਾਂ ਵਧੀਆ ਜਾਣਗੇ ਜੀ। ਸ਼ੁਰੂ ਕੀਤੇ ਨੂੰ ਕੁਛ ਹੀ ਸਮਾਂ ਹੋਇਆ, ਪਰ ਮੈਨੂੰ ਲੱਗਦਾ ਲੋਕ ਪਸੰਦ ਕਰ ਰਹੇ, ਟੇਸਟ ਉਹਨਾਂ ਨੂੰ ਡਿਵੈਲਪ ਹੋ ਰਿਹਾ, ਤਾਂ ਮੈਨੂੰ ਲੱਗਦਾ ਕਿ ਹੁਣ ਨੋਰਮਲ ਗੰਨੇ ਦਾ ਜੂਸ ਛੱਡ ਕੇ ਫਲੇਵਰਡ ਵੱਲ? ਜੀ ਜੀ, ਸਾਰੇ ਟਰਾਈ ਜ਼ਰੂਰ ਕਰਦੇ ਆ ਜੀ, ਕਈ ਤਾਂ ਪਰਸਨ ਇਹੋ ਜਿਹੇ ਵੀ ਹੈਗੇ ਨੇ ਜਿਵੇਂ ਸਾਡੇ ਭਾਜੀ ਖੜੇ ਨੇ, ਇਹ ਰੋਜ਼ ਕੋਈ ਨਾ ਕੋਈ ਨਵਾਂ ਟਰਾਈ ਕਰਦੇ ਨੇ ਜੀ, ਇਹ ਹਰ ਫਲੇਵਰ ਲੱਗਦਾ ਭਾਜੀ ਨੇ ਟਰਾਈ ਕਰ ਲਿਆ। ਕਿਹੜੇ ਕਿਹੜੇ ਫਲੇਵਰ ਜ਼ਿਆਦਾ ਮੋਸਟਲੀ ਲੋਕ ਪਸੰਦ ਕਰ ਰਹੇ ਜੀ? ਜ਼ਿਆਦਾ ਲੋਕਾਂ ਨੂੰ ਜੀ ਮੈਂਗੋ ਪਸੰਦ ਆਉਂਦਾ ਜੀ, ਜਾਂ ਕੌਫੀ, ਲੋਕੀ ਕੌਫੀ ਦੇ ਸ਼ੌਕੀਨ ਵੀ ਕਾਫੀ ਹੁੰਦੇ ਨੇ ਜੀ, ਪਾਈਨਐਪਲ ਹੋ ਗਿਆ, ਮੈਂਗੋ ਹੋ ਗਿਆ ਔਰ ਕੌਫੀ ਹੋ ਗਿਆ ਜੀ। ਉਹ ਜਿਹੜੇ ਆਪਣੇ ਥੋੜ੍ਹੇ ਵਧੀਆ ਬਜ਼ੁਰਗ ਬੰਦੇ ਨੇ 40 ਤੋਂ ਉੱਪਰ ਨੇ ਜੀ, ਉਹ ਆਮਲਾ ਖਾਣਾ ਪਸੰਦ ਕਰਦੇ ਨੇ ਜੀ। ਅੱਛਾ, ਆਮਲਾ ਫਲੇਵਰ ਵੀ ਹੈਗਾ ਜੀ? ਤੁਸੀਂ ਮਤਲਬ ਕਿ ਜਿਹੜਾ ਗੰਨਾ ਹੁੰਦਾ ਜੀ ਉਹ ਲੀਵਰ ਅਤੇ ਕਿਡਨੀ ਨੂੰ ਵਧੀਆ ਰੱਖਦਾ ਜੀ, ਜਿਹੜਾ ਆਮਲਾ ਹੁੰਦਾ ਜੀ ਆਪਣਾ ਦਿਮਾਗ ਵਾਸਤੇ, ਅੱਖਾਂ ਵਾਸਤੇ ਬਹੁਤ ਵਧੀਆ ਹੁੰਦਾ, ਉਹ ਵਿੱਚ ਪਾ ਕੇ ਆਪਾਂ ਦੇਈਦਾ ਜੀ। ਆਮਲਾ, ਮੈਂਗੋ, ਪਾਈਨਐਪਲ, ਸਟ੍ਰਾਬੇਰੀ, ਕੌਫੀ, ਚੌਕਲੇਟ, ਸਾਰੇ ਫਲੇਵਰ ਤੁਹਾਡੇ ਕੋਲ? ਜੀ ਜੀ ਬਿਲਕੁਲ। ਅੱਗੇ ਆਉਣ ਵਾਲੇ ਟਾਈਮ 'ਚ ਮੈਨੂੰ ਲੱਗਦਾ ਹੋਰ ਫਲੇਵਰ ਵੀ ਨਵੇਂ ਨਵੇਂ ਐਡ ਹੋਣਗੇ। ਹਾਂਜੀ ਜੀ, ਮੇਰੇ ਮਾਈਂਡ 'ਚ 15 ਨੇ ਜੀ, ਇਸ ਟਾਈਮ ਸਿਰਫ 8 ਲਗਾਏ ਨੇ ਜੀ ਆਪਾਂ ਹਾਲੇ। 8 ਦਾ ਰਿਸਪੌਂਸ ਵਧੀਆ? ਹਾਂਜੀ ਹਾਂਜੀ, ਬਹੁਤ ਵਧੀਆ। ਸਾਫ਼ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ, ਕਿਉਂਕਿ ਜ਼ਿਆਦਾਤਰ ਗੰਨੇ ਦਾ ਜੂਸ ਜਿਹੜਾ ਹੋਵੇ ਲੋਹੇ ਦੀ ਜਿਹੜੀ ਮਸ਼ੀਨ ਆ ਉਹਦੇ ਨਾਲ ਪੀਸਿਆ ਜਾਂਦਾ ਗੰਨੇ ਨੂੰ, ਪਰ ਇੱਥੇ ਤੁਸੀਂ ਮਸ਼ੀਨਰੀ ਰੱਖੀ ਹੋਈ ਹੈ ਅਤੇ ਬਲੈਂਡ ਕਰਕੇ ਨਾਲ ਦੇ ਨਾਲ ਉਸਨੂੰ
ਜਿਵੇਂ ਸਾਰਾ ਇਲੈਕਟ੍ਰਿਕ ਓਪਰੇਟਰ ਹੈਗਾ ਜੀ ਸਾਰਾ ਸਿਸਟਮ, ਇਹ 'ਚ ਕੋਈ ਡੀਜ਼ਲ ਦਾ ਕੋਈ ਕੰਮ ਨਹੀਂ ਹੈਗਾ, ਨਾ ਕੋਈ ਸ਼ੋਰ ਸ਼ਰਾਬਾ, ਸਿੰਪਲ ਔਰ ਸੋਬਰ ਚੀਜ਼ ਹੈਗੀ ਹੈ ਜੀ, ਔਰ ਸਾਫ਼ ਸੁਥਰਾ ਔਰ ਪਿਓਰ ਮਿਲਦਾ ਜੀ। ਇੱਕ ਸਵਾਲ ਮੇਰੇ ਮਾਇੰਡ 'ਚ ਆਇਆ, ਜਿਵੇਂ ਤੁਸੀਂ ਅੱਜ ਇੱਥੇ ਹੈਗੇ ਹੋ, ਤੁਹਾਨੂੰ ਰਿਸਪੋਂਸ ਵੀ ਵਧੀਆ ਮਿਲ ਰਿਹਾ, ਕਾਰੋਬਾਰ ਸ਼ੁਰੂ ਕਰਨ ਦੀ ਇੱਕ ਨਵੀਂ ਕਹਿ ਲਓ ਸ਼ੁਰੂਆਤ ਤੁਸੀਂ ਕੀਤੀ ਹੈ, ਅਤੇ ਬਹੁਤ ਸਾਰੇ ਨੌਜਵਾਨ ਇੱਦਾਂ ਹੁੰਦੇ ਕਿ ਜਿਹੜੇ ਪੜ੍ਹ ਲਿਖ ਕੇ ਕਹਿੰਦੇ ਕਿ ਅਸੀਂ ਬਾਹਰ ਚੱਲ ਜਾਈਏ ਅਤੇ ਕੁਛ ਨਹੀਂ ਹੈਗਾ, ਪਰ ਤੁਸੀਂ ਨਵਾਂ ਕਨਸੈਪਟ ਲੈ ਕੇ ਆਉਣ ਦੀ ਬਾਹਰ ਦਾ ਕਨਸੈਪਟ ਇੱਥੇ ਸ਼ੁਰੂ ਕਰ ਦਿੱਤਾ। ਮੈਮ ਐਕਚੁਅਲੀ ਦੇਖੋ ਜੀ, ਜੋ ਮੌਜ ਆਪਣੇ ਪੰਜਾਬ ਆਪਣੇ ਘਰ 'ਚ ਹੁੰਦੀ ਹੈ ਜੀ, ਉਹ ਕਿਤੇ ਹੋਰ ਨਹੀਂ ਮਿਲਦੀ। ਚਲੋ ਆਪਾਂ ਇਹ ਵੀ ਨਹੀਂ ਕਹਿੰਦੇ ਜਿਹੜੇ ਬਾਹਰ ਪੈਸਾ ਹੈਗਾ ਜੀ, ਲੇਕਿਨ ਸਕੂਨ ਇੱਥੇ ਹੀ ਹੈ ਜੀ। ਸੋ ਮੈਂ ਕਿਹਾ ਜੀ ਬਾਹਰ ਵੀ ਕੰਮ ਕਰਨਾ ਜੀ, ਬਾਹਰ ਵੀ ਮਿਹਨਤ ਕਰਨੀ, ਕਿਉਂ ਨਾ ਇੱਥੇ ਕੀਤੀ ਜਾਵੇ ਜੀ। ਵਿਸ਼ ਯੂ ਵੈਰੀ ਵੈਰੀ ਬੈਸਟ ਲੱਕ, ਕਿਉਂਕਿ ਤੁਸੀਂ ਬਹੁਤ ਵਧੀਆ ਕਨਸੈਪਟ ਬਾਹਰ ਦਾ ਕਨਸੈਪਟ ਇੱਥੇ ਲੁਧਿਆਣੇ 'ਚ ਸ਼ੁਰੂ ਕਰ ਦਿੱਤਾ ਜੀ। ਥੈਂਕ ਯੂ ਸੋ ਮਚ। ਕਿੱਦਾਂ ਦਾ ਲੱਗਿਆ ਸਰ ਟੇਸਟ? ਬਹੁਤ ਵਧੀਆ। ਕਿਹੜਾ ਫਲੇਵਰ ਲੱਗਾ? ਮੈਂਗੋ। ਵੈਸੇ ਗਰਮੀਆਂ ਦੇ ਵਿੱਚ ਗੰਨੇ ਦਾ ਜੂਸ ਉੱਤੋਂ ਮੈਂਗੋ ਤਾਂ ਸਾਰਿਆਂ ਨੂੰ ਪਸੰਦ ਹੁੰਦਾ, ਅਤੇ ਇੰਨੇ ਸਾਰੇ ਫਲੇਵਰਸ ਕਦੀ ਕਨਸੈਪਟ ਦੇਖਿਆ ਆਪਣੇ ਲੁਧਿਆਣੇ ਦੇ ਵਿੱਚ? ਨਹੀਂ ਨਹੀਂ, ਮੈਨੂੰ ਲੱਗਦਾ ਬਿਲਕੁਲ ਪਹਿਲਾ ਇਹ ਵਧੀਆ ਲੱਗਿਆ ਕਨਸੈਪਟ ਵਧੀਆ ਇਹਨਾਂ ਦਾ। ਜਦੋਂ ਗੰਨੇ ਦਾ ਜੂਸ ਪੀਂਦੇ ਆ ਨਾ, ਤਦੋਂ ਹਮੇਸ਼ਾ ਇਹੀ ਮਨ 'ਚ ਰਹਿੰਦਾ ਕਿ ਸਾਫ਼ ਸੁਥਰਾ ਮਿਲਦਾ ਹੋਵੇ, ਪਰ ਇੱਥੇ ਸਾਰਾ ਸਾਫ਼ ਸਫਾਈ ਦਾ ਧਿਆਨ। ਬਿਲਕੁਲ 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 ਸਹੀ ਗੱਲ ਹੈ, ਕੋਈ ਸ਼ੋਰ ਸ਼ਰਾਬਾ ਨਹੀਂ, ਕੋਈ ਕੁਛ ਨਹੀਂ ਹੈਗਾ। ਨਹੀਂ ਤਾਂ ਮੋਸਟਲੀ ਜਦੋਂ ਗੰਨੇ ਵਾਲਾ ਪੀਂਦੇ ਆਪਾਂ, ਸ਼ੋਰ ਸ਼ਰਾਬਾ ਬਹੁਤ ਹੁੰਦਾ। ਇਹਨਾਂ ਦੀ ਮਸ਼ੀਨ ਵੀ ਮਿਲਾਦਾ ਨਵੀਂ ਆਈ ਆ, ਵਧੀਆ ਨਵੀਂ ਕੁਆਲਿਟੀ ਵਾਲੀ ਆ, ਵਧੀਆ ਚੱਕਾ, ਵਧੀਆ ਲੱਗਿਆ। ਤਾਂ ਤੁਸੀਂ ਦੇਖਿਆ ਇਹਨਾਂ ਨੇ ਨਵਾਂ ਕਨਸੈਪਟ ਜਿਹੜਾ ਸ਼ੁਰੂ ਕੀਤਾ ਗੰਨੇ ਦੇ ਜੂਸ ਦਾ, ਜੋ ਕਿ ਗਰਮੀਆਂ ਦੇ ਵਿੱਚ ਲੋਕ ਆਪਣੇ ਆਪ ਨੂੰ ਬਾਹਰ ਕਹਿੰਦੇ ਨੇ ਵੀ ਹਾਈਡਰੇਟ ਰੱਖਣਾ ਚਾਹੀਦਾ, ਨਵੇਂ ਨਵੇਂ ਜੂਸ ਟਰਾਈ ਕਰਦੇ ਨੇ, ਨਿੰਬੂ ਪਾਣੀ ਪੀਂਦੇ ਨੇ, ਪਰ ਗੰਨੇ ਦਾ ਜੂਸ ਬਹੁਤ ਪਸੰਦ ਕੀਤਾ ਜਾਂਦਾ, ਅਤੇ ਫਲੇਵਰਸ 8 ਤਰ੍ਹਾਂ ਦੇ ਫਲੇਵਰਸ ਨੇ, ਔਰ ਸਭ ਨੂੰ ਇੰਨੇ ਕੁ ਪਸੰਦ ਆ ਰਹੇ ਨੇ ਕਿ ਇਹਨਾਂ ਦਾ ਕਨਸੈਪਟ ਅੱਗੇ ਹੋਰ ਵੀ ਵੱਧਦਾ ਜਾ ਰਿਹਾ, ਅਤੇ ਇਹਨਾਂ ਦੀ ਕੋਸ਼ਿਸ਼ ਹੈ ਕਿ ਅਸੀਂ ਹੋਰ ਨਵੇਂ ਨਵੇਂ ਫਲੇਵਰਸ ਟਰਾਈ ਕਰੀਏ ਅਤੇ ਲੋਕਾਂ ਨੂੰ ਵੀ ਜਿਹੜਾ ਆਪਣੇ ਫਲੇਵਰਸ ਟਰਾਈ ਕਰਵਾਈਏ। ਤਾਂ ਇਹਦਾ ਦੀ ਹੋਰ ਵਧੇਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਸ। ਕੈਮਰਾਮੈਨ ਬਲਵਿੰਦਰ ਦੇ ਨਾਲ ਮੈਂ ਪ੍ਰਬਲੀਨ ਕੌਰ।